ਕਿਸਾਨਾਂ ਨੂੰ ਇੱਕ ਪਾਸੇ ਝੇਲਣੀ ਪੈ ਰਹੀ ਕੁਦਰਤ ਦੀ ਮਾਰ, ਦੂਜੇ ਪਾਸੇ ਬਿਜਲੀ ਦੀ ਤਾਰਾਂ ਨੇ ਫਸਲਾਂ ਕੀਤੀਆਂ ਸੁਆਹ। ਪੁੱਤਾਂ ਵਾਂਗ ਪਾਲੀ ਫਸਲ, ਅੱਖਾਂ ਸਾਹਮਣੇ ਹੋ ਰਹੀ ਤਬਾਹ। ਪੰਜਾਬ ਵਿੱਚ ਬਦਲਦੇ ਮੌਸਮ ਦੇ ਮਿਜਾਜ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਨੇ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਹੋਣ ਲੱਗੀਆਂ ਨੇ ਅਤੇ ਮੰਡੀਆਂ ਵਿੱਚ ਪਹੁੰਚੀ ਫਸਲਾਂ ਵੀ ਖਰਾਬ ਹੋ ਰਹੀਆਂ ਨੇ। ਜੇਕਰ ਗੱਲ ਕਰੀਏ ਤਾਂ ਪਹਿਲਾਂ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨ ਦੀ ਫਸਲ ਖਰਾਬ ਕੀਤੀ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕੜਕਦੀ ਧੁੱਪ ਤੇ ਬਿਜਲੀ ਦੀਆਂ ਤਾਰਾਂ ਕਾਰਨ ਕਿਸਾਨ ਦੀਆਂ ਫਸਲਾਂ ਨੂੰ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਦਿਨ ਵਿੱਚ ਦੋ ਤਿੰਨ ਖਬਰਾਂ ਜਿਹੜੀਆਂ ਨੇ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜਿਸ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਜਾਂਦੀਆਂ ਨੇ, ਜਿਸ ਦੇ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਦੀ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਅੱਗ ਲੱਗ ਜਾਂਦੀ ਹੈ। ਮੇਰਾ ਜਗਜੀਤ ਸਿੰਘ ਭਰਸਲਾ ਜੀ, ਤੇ ਅੱਗ ਲੱਗੀ ਹੈ ਜੀ ਅੱਜ? ਕੀ ਆਇਆ ਇਹ ਅੱਗ ਜੀ? ਫੈਕਟਰੀ ਵਿੱਚੋਂ ਆਈ ਆ, ਤਾਂ ਹੀ ਫੈਕਟਰੀ ਵਾਲਾ ਸਭ ਤੋਂ ਪਹਿਲਾਂ ਫੈਕਟਰੀਆਂ ਦਾ ਆਇਆ, ਉਹਦੇ ਉਹਨਾਂ ਨੇ ਸਾਰੇ ਫੋਨ ਕੀਤਾ ਆਪਦੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਕਿਤਾਬ ਜੀ, ਉਹ ਆਟੋ ਮੂਹਰੇ ਭਜਾਉਂਦੇ ਰਹੇ ਨੇ, ਬਾਅਦ 'ਚ ਅਸੀਂ ਫਾਇਆ ਤਾਂ ਅਸੀਂ ਬਹੁਤ ਜਿਹੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੇ ਸਪਾਰਕ ਹੋਏ, ਨਹੀਂ ਤਾਂ ਬਾਕੀ ਲਾਈਟ ਹੈ ਨਹੀਂ ਕੋਈ, 24 ਘੰਟੇ ਲਾਈਟ ਬੰਦ ਆ, ਦੂਜੀ ਨਾ ਕੋਈ ਲਾਈਟ, ਨਾ ਕੋਈ ਹੋਰ ਕੋਈ ਲਾਈਟ ਆਪਰੇਸ਼ਨ ਚੱਲਦੀ ਹੈ। ਇਹ ਮੇਨ ਕੈਮ ਫੈਕਟਰੀ ਦਾ, ਫੈਕਟਰੀ 'ਚ ਸਪਾਰਕ ਹੋ ਗਿਆ ਕੋਈ ਨਾ ਕੋਈ। ਕਿੰਨੇ ਕਿੱਲੇ ਨੁਕਸਾਨੇ ਗਏ ਨੇ ਇੱਥੇ? 2 ਕਿੱਲੇ ਕਣਕ ਦੀ, ਬਾਕੀ 17-18 ਕਿੱਲੇ ਲਾਣ ਚੱਲ ਗਿਆ। ਅੱਛਾ, ਹਾਂਜੀ। ਉਹ ਮੰਗ ਕੀ ਕਰਦੇ ਹੋ? ਮੰਗੇ ਵੀ ਪੁੱਛ ਲਿਆ ਜਿਹਦੀ ਕਣਕ ਲਿਆਉਂ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਜਿਹਦੀ ਬਚਾਈ ਆ ਲਾਣ ਚੱਲ ਗਿਆ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ, ਫੈਕਟਰੀ ਦੇ ਨਾਲ ਲਾਣ ਚਾਹੀਦਾ। ਇਹ ਫੈਕਟਰੀ ਆਣ ਫੜ, ਇਹ ਫੈਕਟਰੀ ਧਾਗਾ ਫੈਕਟਰੀ ਹੈ। ਤੁਸੀਂ ਪਸ਼ੂ ਬਚਾਏ ਆ ਜਾ ਕੇ ਘਰੋਂ, ਅਗਲੇ ਦੇ ਬੱਚੇ ਮੱਚਦੇ ਸੀ ਉਹ ਬਚਾਏ ਆ ਜਾ ਕੇ ਅਗਲੇ ਘਰੋਂ। ਕਣਕ ਨੂੰ ਵੀ ਲੱਗ ਸਕਦੀ ਹੈ ਜੀ? ਸਾਡੀ ਕਣਕ ਨੂੰ ਵੀ ਡਿੱਗ ਸਕਦੀ ਹੈ, ਉਧਰ ਵੀ ਜਾਂਦੀ ਹੈ ਹੁਣ ਕਣਕ, ਹੁਣ ਦੱਸੋ ਕੀ ਕਰੇ ਕੋਈ। ਹਾਂ, ਸਾਡੀ ਕਣਕ ਦੇ 35 ਕਿੱਲੇ ਖੜੇ ਆ ਸਰਦਾਰਾਂ ਦੇ, ਉਧਰ ਜਾਂਦੀ ਹੈ ਅੱਗ। ਅੱਛਾ, ਹਾਂਜੀ। ਤੇ ਹੁਣ ਸੱਚ ਨਾਲ ਲੋਕ ਭਜਾਈ ਜਾਂਦੇ ਆ? ਹਾਂਜੀ, ਭਜਾਈ ਜਾਂਦੇ ਆ, ਟਰੈਕਟਰ ਫਿਰਦੇ ਆ ਤੁਹਾਡੇ ਸਾਹਮਣੇ। ਦੇਖੋ ਜੀ, ਪ੍ਰਸ਼ਾਸਨ ਨਹੀਂ ਆ ਰਿਹਾ? ਪ੍ਰਸ਼ਾਸਨ ਕੋਈ ਨਹੀਂ ਹਜੇ ਬੰਦਾ ਇਹਨਾਂ ਦਾ ਆਇਆ, ਮੇਰੇ ਘਰ ਦੇ ਕੋਲੇ ਅੱਗ ਪਹੁੰਚ ਗਈ, ਹਜੇ ਤੱਕ ਕੋਈ ਪਹੁੰਚਿਆ ਨਹੀਂ ਹੈਗਾ। ਇੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਸੀਗੀ, ਉਹ ਖਾਲੀ ਹੋ ਕੇ ਭੱਜ ਗਈ, ਹੁਣ ਅੱਗੇ ਦੁਬਾਰੇ ਫਿਰ ਪੈਂਦੀ ਜਾਂਦੀ ਹੈ। ਇਹਦਾ ਘਰਾਂ ਨੂੰ ਅੱਗ ਪੈ ਸਕਦੀ ਹੈ, ਇਹ ਇੱਥੋਂ ਕਿਸੇ ਘਰ ਚੋਂ ਪੈ ਗਈ ਹੈ। ਅੱਛਾ, ਕਣਕ ਨੂੰ ਅੱਗ ਪਈ ਜਾਂਦੀ ਹੈ? ਅੱਛਾ, ਨੁਕਸਾਨ ਵਾਲੀ ਗੱਲ ਹੈਗੀ। ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇੱਥੇ? 30-35 ਕਿੰਨਿਆਂ ਦਾ ਹੋ ਗਿਆ ਜੀ ਪਹਿਲਾਂ? ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਜ ਤੋਂ ਲਗਾਤਾਰ ਕਹਿੰਦੇ ਨਜ਼ਰ ਆਏ ਨੇ ਕਿ ਜਿਨ੍ਹਾਂ ਕਿਸਾਨਾਂ ਨੂੰ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਦੇ ਕੱਟ ਵੀ ਲਗਾਏ ਜਾ ਰਹੇ ਨੇ ਤਾਂ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਨਾ ਲੱਗ ਸਕਣ। ਇਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗ ਗਏ, ਥੋੜ੍ਹੇ ਜਿਹੇ 2 ਦਿਨਾਂ ਤੋਂ ਅੱਗਾਂ ਲੱਗਣ ਲੱਗ ਗਈਆਂ ਕਣਕਾਂ ਨੂੰ। ਕਈ ਪਿੰਡਾਂ 'ਚ ਨਾ ਬਿਜਲੀ ਵਾਲੀ, ਘਰਾਂ ਵਾਲੀ ਅਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ, ਉਹ ਫਿਰ ਸਪਾਰਕ ਹੋ ਜਾਂਦਾ ਨਾ, ਕਣਕਾਂ ਪੱਕੀਆਂ ਪਈਆਂ ਨੇ, ਅੱਗ ਲੱਗ ਜਾਂਦੀ ਹੈ। ਕਈ ਪਿੰਡਾਂ 'ਚ ਅੱਗਾਂ ਲੱਗ ਗਈਆਂ, ਘੁੱਦੇ ਪਿੰਡ ਅੱਗ ਲੱਗ ਗਈ, ਇੱਧਰ ਰਾਮਪੁਰੇ ਫੂਲ ਕਰੀ ਅੱਗ ਲੱਗ ਗਈ, ਹੈ ਨਾ, ਪਟਿਆਲੇ ਕੋਲ ਜਿੰਨੀਆਂ ਅੱਗਾਂ ਲੱਗੀਆਂ ਉਹ ਵੀ ਦੇਵਾਂਗੇ। ਮੈਨੂੰ ਜਿਵੇਂ ਮੈਨੂੰ ਕਿਹਾ ਬਹਿਲ ਸਾਹਿਬ ਨੇ ਵੀ ਕਿਹਾ, ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ੋਰਟ ਸਰਕਟ ਨਾਲ, ਸਾਰਿਆਂ ਦੀਆਂ ਸਰਕਾਰ ਪੂਰੀਆਂ ਕਰੂਗੀ, ਘਾਟੇ ਪੂਰੇ ਕਰੂਗੀ। ਸਰਕਾਰਾਂ ਇਸੇ ਕੰਮ ਵਾਸਤੇ ਹੁੰਦੀਆਂ ਨੇ, ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ, ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ। ਸਰਕਾਰਾਂ ਦਿਨੇ ਬਿਜਲੀ ਦਿੰਦੇ ਆ, ਤੁਹਾਡੇ ਚੋਂ ਬਹੁਤ ਸਾਰੇ ਆਉਣਗੇ। ਇਹ ਕਣਕ ਤੁਸੀਂ ਰਾਤ ਨੂੰ ਕਦੇ ਖੇਤ ਗਏ ਹੋ? ਦਿਨੇ ਬਿਜਲੀ ਆਈ ਨਾ? ਆਈ ਨਾ ਫਿਰ। ਔਰ ਹੋਰ ਦੇਖੋ, ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ, ਕਿਉਂਕਿ ਸੋਲਰ ਵਾਲੀ ਬਿਜਲੀ ਹੈ, ਆਪਣੇ ਕੋਲ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ। ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਹਾਂ। ਮੁੰਬਈ ਸ਼ਹਿਰ ਸੁਣਿਆ ਹੋਣਾ, ਬੰਬੇ ਸ਼ਹਿਰ, ਬੰਗਲੌਰ, ਪੂਨਾ, ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ, ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਹਾਂ। ਇਸ ਮਹੀਨੇ 'ਚ
ਸਿਰਫ ਆ ਪਿਛਲੇ ਮਹੀਨੇ 'ਚ 90 ਕਰੋੜ ਦੀ ਬਿਜਲੀ ਵੇਚੀ ਆਪਾਂ ਰਾਤ ਨੂੰ ਅਤੇ ਆਪਾਂ ਦਿਨੇ ਦਿਨੇ ਆਪਣੇ ਕਿਸਾਨਾਂ ਨੂੰ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।